ਇਹਨਾਂ ਦਾ ਇੱਥੇ ਪਹੁੰਚਣ 'ਤੇ ਹਾਰਦਿਕ ਸਵਾਗਤ ਜੀ ਆਇਆਂ ਨੂੰ। ਸੰਤ ਬਾਬਾ ਜਸਪਾਲ ਸਿੰਘ ਜੀ ਉਛਰੇ ਵਾਲੇ, ਸੰਤ ਬਾਬਾ ਤਾਰਾ ਚੰਦ ਜੀ ਸੰਧਵਾਂ ਵਾਲੇ, ਸ਼੍ਰੀਮਾਨ ਸੰਤ ਬਾਬਾ ਸਵਰਨ ਸਿੰਘ ਜੀ ਹਜ਼ਾਰੇ ਵਾਲੇ, ਸ਼੍ਰੀਮਾਨ ਸੰਤ ਬਾਬਾ ਚਰਨਦਾਸ ਜੀ ਭੂਰੀ ਵਾਲੇ, ਸ਼੍ਰੀਮਾਨ ਸੰਤ ਬਾਬਾ ਰਾਮ ਕਿਸ਼ਨ ਜੀ ਸ਼ੇਰਪੁਰ ਟੱਕੋਂ ਵਾਲੇ, ਸ਼੍ਰੀਮਾਨ ਸੰਤ ਬਾਬਾ ਗੁਰਦੀਪ ਗਿਰੀ ਜੀ ਪਠਾਨਕੋਟ ਵਾਲੇ, ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਦੇ ਸਕੱਤਰ, ਉਹ ਵੀ ਇੱਥੇ ਪਹੁੰਚੇ ਹਨ, ਉਹਨਾਂ ਦਾ ਵੀ ਸਮੂਹ ਸੰਗਤਾਂ ਵੱਲੋਂ ਸਵਾਗਤ ਹੈ। ਸ਼੍ਰੀਮਾਨ ਸੰਤ ਬਾਬਾ ਸੁਰਿੰਦਰ ਦਾਸ ਜੀ ਕਠਾਰ ਵਾਲੇ, ਸ਼੍ਰੀਮਾਨ ਸੰਤ ਬਾਬਾ ਮੇਜਰ ਦਾਸ ਜੀ ਹਲੂਵਾਲ ਵਾਲੇ, ਸ਼੍ਰੀਮਾਨ ਸੰਤ ਬਾਬਾ ਦਿਲਾਵਰ ਸਿੰਘ ਜੀ ਬ੍ਰਹਮ ਜੱਬੜ ਵਾਲੇ, ਸ਼੍ਰੀਮਾਨ ਸੰਤ ਗੁਰਪਾਲ ਦਾਸ ਜੀ ਤਾਰਾਗੜ੍ਹ ਵਾਲੇ, ਆਪ ਸਾਰਿਆਂ ਮਹਾਂਪੁਰਸ਼ਾਂ ਦਾ ਅੱਜ ਦੇ ਇਸ ਸਮਾਗਮ ਵਿੱਚ ਪਹੁੰਚਣ 'ਤੇ ਹਾਰਦਿਕ ਸਵਾਗਤ ਹੈ। ਸਾਡਾ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਪ੍ਰਣਾਮ ਹੈ, ਨਮਸਕਾਰ ਹੈ। ਸੋ ਆਪ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਨ ਵਾਸਤੇ ਇਸ ਸਮੇਂ ਮੰਚ 'ਤੇ ਸੁਭਾਏਮਾਨ ਜਥੇਦਾਰ ਚਰਨ ਸਿੰਘ ਜੀ ਨਾਨਕ ਸਰ ਵਾਲੇ। ਮੇਰੀ ਰਸਨਾ ਵਾਹਿ ਗੁਰੂ, ਬੋਲ ਮੇਰੀ ਰਸਨਾ ਵਾਹਿ ਗੁਰੂ, ਬੋਲ ਮੇਰੀ ਬੋਲ ਮੇਰੀ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
वाहगुरु 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 दर्शित पाए ना बाबा
करा बेनती मैं कर मन जोर लवो कर मन जोर लवो जो होया ए समागम बहुत ही सत्कार योग महान तपस्वी श्रीमान संत बाबा राम सिंह जी सिंगड़ा करनाल वाले